ਖਾਵੇ ਤੇ ਧੁੱਪ ਪੈਂਦੀ ਹੋਵੇ ਘਰ ਦੀ ਦਾਰੂ ਹੋਵੇ ਤੇ ਬਾਕੀ ਮੈਂ
ਫਿਰ ਕਰਦਾ ਕਹਿੰਦਾ ਹਾਏ ਹਾਏ ਅੱਜ ਘਰੇ ਨਾ ਲੱਗ ਨਹੀਂ ਕਰਨੇ ਬਾਰਾਂ ਕੋਲ ਕਿਤੇ ਸਾਹਮਣੇ ਕੰਮ ਹੋ ਰਿਹਾ ਪਸਾਉਣ ਲੱਗ ਗਿਆ ਇਹ ਹੋਣਾ ਵੀ ਚਾਹੀਦਾ
ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ।
ਕਾਫੀ ਮਹਿਸਾਂ ਦੇ ਗੀਤ ਗਾਏ ਨੇ ਜਿਹੜੇ ਆਪਾਂ ਸਾਰੇ ਘਰੇ ਬਹਿ ਕੇ ਸੁਣ ਸਕਦੇ ਹਾਂ। ਇੱਕ ਹੁਣ ਮੇਰੀ ਦੁਆਣੇ ਦੀ ਟੇਪ ਆਈ ਹੈ ਲੱਕੀ ਸਟਾਰ ਕੋਟਲੀ ਚ, ਨਾਲ ਮੇਰੀ ਕੁੜੀ ਨੀਤਾ ਸੁਮਾਣਾ, ਕਿਉਂਕਿ ਕਹਿ ਸਕਦਾ ਨਾ ਚੁਰਖੀ ਪਾਊਡਰ ਬਹੁਤ ਵਧੀਆ ਗੈਸਟ ਹੈ, ਤੇ ਨਾਲ ਦੀ ਨਾਲ ਖਾਸ ਕਰਕੇ ਕਿਉਂਕਿ ਕੋਈ ਗੀਤ ਇਹੋ ਜਿਹੇ ਹੁੰਦੇ ਜਿਸ ਤਰ੍ਹਾਂ ਮੇਰਾ ਗੀਤ ਆਇਆ ਸੀ ਮਾਪਿਆਂ ਦੀ ਰਜ਼ਾ ਤੋਂ ਬਗੈਰ ਵਿਆਹ ਕਰਾਉਣਾ ਸਾਡੇ ਪਿੰਡ ਦਾ ਨੀ ਸੋਹਣਿਆ ਰਿਵਾਜ ਨੇ, ਅਸੀਂ ਪੱਤੇ ਪਾਤਰ ਦੇ ਸੱਚੋ ਸੱਚ ਦੱਸੀ ਮੇਰੇ ਬਾਬਲਾ ਤੇਰੇ ਸਿਰ ਤਾਂ ਨੀ ਕਰਜੇ ਦਾ ਭਾਗ ਦੇ, ਇਹ ਜਿਹੇ ਗੀਤ ਵੀ ਸੁਣਨੇ ਚਾਹੀਦੇ ਹੈ। ਪੇਸ਼ ਕਰ ਲਗਾ ਹੁਣ ਦੁਕਾਨਾਂ ਦੀ ਟੇਪ ਚ ਵੀ ਲਾਜ਼ਮੀ ਗੀਤ ਪੱਗ ਵਾਲਾ ਹੈ,
ਲਓ ਪੇਸ਼ਕਾਰ ਲੱਗੇ ਆ। ਖਾਣ ਪੀਣ ਵਾਲਾ ਹੁੰਦਾ, ਦਿਲ ਦਾ ਸਾਫ਼ ਬੰਦਾ ਹੁੰਦਾ, ਉਹ ਕਦੇ ਕਿਸੇ ਬਾਰੇ ਮਾੜਾ ਨੀ ਸੋਚਦਾ ਹੁੰਦਾ। ਕਿਉਂਕਿ ਸਰੋਤਿਆਂ ਦੀ ਫਰਮਾਇਸ਼ ਹੋਵੇ ਤਾਂ ਬੜੇ ਰੱਬ ਵਰਗੇ ਹੁੰਦੇ ਆ ਸਰੋਤੇ, ਜਿਹੜੇ ਕਲਾਕਾਰ ਨੂੰ ਪਿਆਰ ਕਰਦੇ ਨੇ, ਧੰਨਵਾਦ ਕਰਦੇ ਆ। ਫਰਮਾਇਸ਼ ਇਸ ਤੋਂ ਬਾਅਦ ਤੁਹਾਡਾ ਵੀ ਸਰਾਬ ਹੁੰਦਾ, ਗੁੱਸਾ ਨੀ ਕਰਨਾ, ਆਪਾਂ ਤਾਂ ਰੋਜ਼ ਮਿਲਦੇ ਰਹਿੰਦੇ ਮਿਹਾਂ ਕੱਟਦੀ ਕਰਾਈ ਤਾਂ ਵੀ ਪੂਰੀਏ ਠੀਕ ਹੈ। ਕਈ ਦਫ਼ਾ ਬੰਦੇ ਦੇ ਕੋਈ ਪੁਰਾਣੀ ਗੱਲ ਯਾਦ ਆ ਜਾਂਦੀ ਹੈ।
ਅੱਜ ਤੋਂ 15-20 ਸਾਲ ਪਹਿਲਾਂ ਕਦੇ ਪੰਡ ਪੁੰਡ ਮਿਲਿਆ ਨੀ, ਕਦੇ ਖੇਤ ਚ ਨੱਕੇ ਦੁੱਕੇ ਲਾਉਂਦੇ ਨੀ ਮੇਰੀ ਕਰਾਈ ਕੋਈ ਪੱਕੀ ਬਸਾਲ ਜਨਕਾਰ।
ਗਏ ਕੇ ਬੋਲ ਰਹੇ।
ਉਹ ਜਮੇ ਬੰਦ ਕਰ ਦੋਰ ਪੱਲੀ ਦੇ ਨੀ ਗੁਣ ਸੋਹਣਿਆਂ ਦੇ ਘਰ ਤੇਰੀ ਦੋਰ ਪੱਲੀ ਦੇ ਨੀ ਗੁਣ ਸੋਹਣਿਆਂ ਦੇ ਘਰ ਤੇਰੀ ਦੋਰ ਪੱਲੀ ਦੇ ਹੱਥ ਬੰਨ ਕੇ ਬੇਟੀ ਮੰਨਦੇ ਕੋਈ ਗਲਾ ਕਹਿ ਰਹੇ ਬਹੁਤ ਬੁਰਾ ਹਾਲ ਹੈ ਯਾਰ ਹਾਂਜੀ ਹਾਂਜੀ ਹੈਲੋ ਹੈਲੋ ਚੱਲ ਫਿਰ ਸਹੀ ਕਰੇ ਅੱਜ ਮੈਂ ਜੀ ਮੰਨ ਲਓ Thank you.
ਮਿਲਾਂਗੇ ਲੱਖ ਵਾਰੀ। ਕੀ ਹਾਲ ਹੈ ਜੀ? ਇਹਦੇ ਨਾਲ ਕਰ ਬੋਟੋ ਦੋ ਖਿੱਚਦੇ ਕਲੋਜ਼ ਅਪ।